ਯੋਲੇ ਸੋ ਨਿਰਭੈ ਜਗਤਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ, ਜੈ ਭੀ ਜੈ ਭਾਰਤ। ਦਾਸ ਸੰਤ ਮਹਿੰਦਰਪਾਲ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪਦਾ ਸੋਸਾਇਟੀ, ਰਜਿਸਟਰ ਪੰਜਾਬ। ਅੱਜ ਇਸ ਕਰਕੇ ਹੁਣ ਮੈਨੂੰ ਇਹ ਬੋਲਣਾ ਪਿਆ, ਸਮੁੱਚੀ ਭਾਰਤ ਦੀ ਦੁਨੀਆਂ ਨੂੰ ਪਤਾ ਹੈ ਸਤਿਗੁਰੂ ਰਵਿਦਾਸ ਮਹਾਰਾਜ ਦਾ ਦਿੱਲੀ ਵਿੱਚ ਜੋ ਮੰਦਰ ਨੂੰ ਤੋੜ ਭੰਨ ਕੀਤਾ ਗਿਆ ਹੈ, ਇਸ ਕਾਰਨ ਭਾਰਤ ਵਿੱਚ ਵੱਸਦਾ ਸੰਤ ਔਰ ਪੂਰਾ ਹੀ ਗੁਰੂ ਜੀ ਦੇ ਦੁੱਖ ਦਰਦ ਵਿੱਚ ਹਰ ਵੇਲੇ ਸੰਗਤਾਂ ਦੇ ਨਾਲ ਸਹਿਯੋਗ ਦੇ ਰਿਹਾ। ਭਾਰਤ ਵਿੱਚ ਵੱਸਦੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਗੁਰੂ ਜੀ ਦੇ ਮੰਦਰ ਧੋਣ ਦੇ ਉੱਤੇ ਤੜਫਣ ਕਰੀਆਂ ਨੇ ਔਰ ਇਹਨਾਂ ਤੜਫਣਾਂ ਦੀ ਖਾਤਰ ਅਸੀਂ ਸੰਤ ਸਮਾਜ ਸਮੁੱਚੀ ਦੁਨੀਆਂ ਨੂੰ ਪਤਾ ਹੈ, ਹਰ ਇੱਕ ਮੰਤਰੀਆਂ ਦੇ ਨਾਲ ਜਾਂ ਗੌਰਮੈਂਟਾਂ ਦੇ ਨਾਲ ਜੋ ਮੌਕੇ ਦੀਆਂ ਸਰਕਾਰਾਂ ਹੈ ਸਾਨੂੰ ਬੁਲਾਉਣੀਆਂ ਹੈ, ਅਸੀਂ ਉਹਨਾਂ ਦੇ ਨਾਲ ਮੀਟਿੰਗਾਂ ਵੀ ਰੱਖੀਆਂ, ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ, ਕਿਉਂਕਿ ਜਿਨ੍ਹਾਂ ਦੀ ਸਰਕਾਰ ਚੱਲਦੀ ਹੁੰਦੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਨੀ ਵੀ ਜ਼ਰੂਰੀ ਹੈ, ਉਹਨਾਂ ਕੋਲ ਸਾਨੂੰ ਪੁਕਾਰ ਵੀ ਕਰਨੀ ਜ਼ਰੂਰੀ ਹੈ। ਭਾਵਾਂ ਕਿ ਗੁਰੂ ਰਵਿਦਾਸ ਮਹਾਰਾਜ ਉਹਨਾਂ ਦੇ ਵੀ ਹੈ, ਸਾਡੇ ਵੀ ਹੈ, ਸਮੁੱਚੇ ਦੁਨੀਆਂ ਦੇ ਆ, ਪਰ ਸਰਕਾਰਾਂ ਹੈ। ਅੱਜ ਸੰਤ ਸਮਾਜ ਇਹਨਾਂ ਰੋਡਾਂ 'ਤੇ ਆਇਆ, ਸਾਰੀ ਦੁਨੀਆਂ ਨੂੰ ਪਤਾ ਹੈ ਵੱਖ ਵੱਖ, ਕਿਉਂਕਿ ਅਸੀਂ ਐਲਾਨ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੈ, ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ, ਅੱਜ ਉਸ ਗੱਲ ਨੂੰ ਲੈ ਕੇ ਸਿੱਖ ਸਮਾਜ, ਸਿੱਖ ਜਥੇਬੰਦੀਆਂ, ਭਗਵਾਨ ਵਾਲਮੀਕ ਸਵਾਮੀ ਜੀ ਮਹਾਰਾਜ, ਡਾਕਟਰ ਅੰਬੇਦਕਰ ਸਭਾਵਾਂ, ਮੁਸਲਿਮ ਭਾਈਚਾਰਾ, ਅੱਜ ਹਰ ਇੱਕ ਬੰਦਾ ਰੋਡ 'ਤੇ ਆਇਆ। ਜਿਸ ਤਰ੍ਹਾਂ ਕਿ ਦਿੱਲੀ ਵਿੱਚ ਸਾਡੇ 96 ਮੁੰਡੇ ਸੀ, ਉਹਨਾਂ ਦੇ ਦੁੱਖ ਦਰਦ ਨੇ ਵੀ ਅਸੀਂ ਸਰਕਾਰ ਕੋਲ ਇਕੱਠੇ ਹੋ ਕੇ ਸੰਤ ਸਮਾਜ ਨੇ ਦੁੱਖ ਦਰਦ ਦੀ ਗੱਲ ਕੀਤੀ ਹੈ। ਜੋ ਸਾਡੇ ਫਗਵਾੜੇ ਰੇਲਵੇ ਦੀ ਗੱਲ ਸੀ, ਬੱਚਿਆਂ ਦੀ 150 ਦੀ, ਉਹ ਵੀ ਗੱਲ ਕੀਤੀ ਹੈ, ਸੋਹੰਗੜਾ ਸਾਹਿਬ ਦੀ ਵੀ ਗੱਲ ਕੀਤੀ ਹੈ। ਸੰਤ ਸਮਾਜ ਜਿਹੜੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦੀ ਗੱਲ ਕਰਦੇ ਜਾਂ ਬਾਬਾ ਸਾਹਿਬ ਦੀ ਗੱਲ ਕਰਦੇ ਹੈ, ਮੈਂ ਇਹ ਦੱਸਣਾ ਚਾਹੁੰਦਾ ਵੀ ਸੰਤ ਸਮਾਜ ਉਹਨਾਂ ਲੋਕਾਂ ਦੇ ਨਾਲ ਆ ਜਿਹੜੇ ਗੁਰੂ ਜੀ ਦੀ ਵਿਚਾਰਧਾਰਾ 'ਤੇ ਚੱਲਦੇ ਆ, ਗੁਰੂ ਜੀ ਦੀ ਤੜਫਣ ਕਰਦੇ ਆ ਜਾਂ ਬਾਬਾ ਸਾਹਿਬ ਦੇ ਮਿਸ਼ਨ ਦੀ ਗੱਲ ਕਰਦੇ ਆ। ਅਸੀਂ ਸੰਤ ਸਮਾਜ ਕਿਸੇ ਪਾਰਟੀ ਦੇ ਨਾਲ ਨਹੀਂ ਹੈ, ਪਾਰਟੀਆਂ ਵੱਖ ਵੱਖ ਸਾਰੀਆਂ ਆਪੋ ਆਪਣੀਆਂ, ਅਸੀਂ ਇਹਨਾਂ ਤੋਂ ਉੱਪਰ ਉੱਠ ਕੇ ਅਸੀਂ ਗੁਰੂ ਦੀ ਜੋ ਚੱਲ ਰਹੀ ਗੱਲ ਗੁਰੂ ਜੀ ਦੇ ਨਾਲ ਹੈ, ਬਾਬਾ ਸਾਹਿਬ ਦੇ ਨਾਲ ਹੈ, ਜਿਹੜੇ ਗੁਰੂ ਜੀ ਦੇ ਵਿਚਾਰਧਾਰੇ ਚੱਲਦੇ ਅਸੀਂ ਉਹਨਾਂ ਦੇ ਨਾਲ ਹੈ। ਮੈਂ ਤਾੜਨਾ ਕਰਨਾ ਚਾਹੁੰਦਾ ਉਹਨਾਂ ਲੋਕਾਂ ਨੂੰ, ਆਹ ਫੇਸਬੁੱਕ ਦੇ ਉੱਪਰ ਸਾਨੂੰ, ਅਸੀਂ ਦੇਖੋ ਸਾਧੂ ਹੈ, ਅਸੀਂ ਅੰਦਰ ਤਾਂ ਕੈਦੀ ਹੈ ਨਹੀਂ, ਵੀ ਅੰਦਰ ਅਸੀਂ ਤਾਂ ਰੋਡਾਂ 'ਤੇ ਘੁੰਮਦੇ ਫਿਰਦੇ ਹਾਂ, ਅੱਜ ਦੀ ਸਰਕਾਰ ਨੇ ਸਾਨੂੰ ਰੋਡਾਂ 'ਤੇ ਲੈ ਆਉਂਦਾ, ਅਸੀਂ ਗੁਰੂ ਦੀ ਖਾਤਰ ਮਰ ਮੁੱਕਣ ਦੀ ਹਰ ਇੱਕ ਬੰਦਾ ਬਾਜ਼ੀ ਲਾਉਂਦਾ, ਹਰ ਇੱਕ ਇਨਸਾਨ ਭਾਰਤ ਵਿੱਚ ਵੱਸਦਾ ਗੁਰੂ ਜੀ ਦੀ ਤਰਫ ਕਰ ਰਿਹਾ, ਅਸੀਂ ਇਕੱਲੇ ਨਹੀਂ ਹੈ। ਪਰ ਅਸੀਂ ਇਹ ਗੱਲ ਕਹਿੰਦੇ ਹਾਂ ਸੰਗਤਾਂ ਨੂੰ ਸ਼ਾਂਤ ਮਾਹੌਲ ਰਹਿ ਕੇ ਆਪਾਂ ਸਾਰਾ ਕੰਮ ਕਰਨਾ, ਅੱਜ ਤੱਕ ਸੰਗਤ ਨੇ ਸ਼ਾਂਤ ਮਾਹੌਲ ਰਹਿ ਕੇ ਸਾਰਾ ਕੰਮ ਕੀਤਾ ਹੈ, ਸਰਕਾਰ ਆਪਣੇ ਟਾਈਮ ਨਾਲ ਸਾਰਾ ਕੰਮ ਕਰ ਰਹੀ ਹੈ ਔਰ ਕਰੂਗੀ ਵੀ, ਇਹਨਾਂ ਨੂੰ ਕਰਨਾ ਵੀ ਪਵੇਗਾ, ਗੁਰੂ ਅਸਥਾਨ ਵੀ ਉੱਥੇ ਬਣਾਉਣਾ ਪਵੇਗਾ, ਇਹ ਗੱਲ ਨਹੀਂ। ਜੇਕਰ ਸਰਕਾਰ ਇਹ ਸਾਡੇ ਵਹਿਦੇ ਤੋਂ ਮੁੱਕਰਦੀ ਹੈ ਤਾਂ ਅਸੀਂ ਫਿਰ ਸੌਂ ਨਹੀਂ ਗਏ, ਅਸੀਂ ਜਾਗਦੇ ਹਾਂ, ਸਮੁੱਚੀ ਦੁਨੀਆ ਵੀ ਜਾਗਦੀ ਹੈ।
ਪਰ ਮੈਂ ਉਹਨਾਂ ਲੋਕਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ, ਜੇਕਰ ਸੰਤ ਜਨ ਕਿਤੇ ਬਾਹਰ ਜਾਂਦੇ ਆ, ਸ਼ਹਿਰ ਜਾਂਦੇ ਆ, ਬਾਜ਼ਾਰਾਂ 'ਚ ਘੁੰਮਦੇ ਆ, ਰਸਤਿਆਂ 'ਚ ਘੁੰਮਦੇ ਆ, ਕੋਈ ਵੀ ਪਾਰਟੀ ਵਰਕ, ਕੋਈ ਵੀ ਆਪੋ ਆਪਣੀਆਂ, ਸਾਰੀ ਦੁਨੀਆਂ ਨੇ ਪਤਾ ਕੌਣ ਹੈ, ਸਾਡੇ ਰਵਿਦਾਸ ਭਾਈਚਾਰਾ ਜਾਂ ਬਾਲਵੀਕ ਭਾਈਚਾਰਾ, ਇਹ ਤਾਂ ਸਾਰੇ ਵੋਟਾਂ ਦੇ ਆਉਂਦੇ ਆ, ਸਾਡੇ ਘਰਾਂ 'ਚੋਂ, ਸਾਡੇ ਸਮਾਜ 'ਚੋਂ ਸਾਰੇ ਇਹ ਮੰਤਰੀ ਬਣਦੇ ਆ। ਜੇਕਰ ਸਾਨੂੰ ਕੋਈ ਮਿਲਦਾ ਹੈ ਨਾ, ਸਾਨੂੰ ਨਮਸਕਾਰ ਕਰਦਾ, ਸਾਧੂ ਦਾ ਫਰਜ਼ ਹੈ ਆਸ਼ੀਰਵਾਦ ਦੇਣਾ, ਬੇਟਾ ਰਾਜੀ ਰਹੋਵੇ। ਇਸ ਕਰਕੇ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਕਮੈਂਟ ਮਤ ਮਾਰੋ, ਥੋੜ੍ਹੀ ਜਿਹੀ ਆਪਣੀ ਹੋਸ਼ ਨੂੰ ਸੰਭਾਲ ਕੇ ਰੱਖੋ, ਨਾ ਕਿ ਸੰਤਾਂ ਨੂੰ ਕਿਸੇ ਪਾਰਟੀ ਦੇ ਨਾਲ ਮਿਕਸ ਕਰੋ। ਬਈ ਅਸੀਂ ਪਾਰਟੀਆਂ ਨੂੰ ਛੱਡ ਕੇ ਅਸੀਂ ਉੱਪਰ ਗੁਰੂ ਜੀ ਦੀ ਚਰਨਾਂ ਦੇ ਵਿੱਚ, ਅਸੀਂ ਗੁਰੂ ਦਾ ਦਿੱਤਾ ਖਾ ਰਹੇ ਹਾਂ, ਗੁਰੂ ਦੇ ਨਾਲ ਹਾਂ, ਗੁਰੂ ਦੀ ਸ਼ਰਨ ਵਿੱਚ ਹੈ, ਗੁਰੂ ਦੇ ਚਰਨਾਂ 'ਚ ਹੈ। ਇਸ ਕਰਕੇ ਮੈਂ ਇਹ ਜ਼ਰੂਰ ਕਹਾਂਗਾ, ਜਿਹੜੇ ਸ਼ਰਾਰਤੀ ਅੰਸਰ ਆ ਨਾ, ਪਤਾ ਨਹੀਂ ਉਹਨੂੰ ਇਹੀ ਸੋਚ ਹੈ ਵੀ ਕਦੋਂ ਕੋਈ ਫੇਸਬੁੱਕ ਨੂੰ ਦੇਖੀਏ ਅਤੇ ਉੱਥੇ ਕਮੈਂਟ ਮਾਰੀਏ। ਕਮੈਂਟ ਨਾ ਮਾਰੋ, ਗੁਰੂ ਜੀ ਦੀ ਜੋ ਸਾਡੀ ਘਟਨਾ ਸੀ ਉਹਦੇ ਵਿੱਚ ਤੜਫ ਕਰੋ, ਤੜਫ ਕਰੇ ਉੱਧਰ ਨੂੰ ਵੱਧ ਧਿਆਨ ਲਿਜਾਓ। ਸੋ ਇਹ ਮੇਰੀ ਬੇਨਤੀ ਹੈ ਸਮੁੱਚੀਆਂ ਸੰਗਤਾਂ ਨੂੰ, ਫੇਸਬੁੱਕ 'ਤੇ ਕਮੈਂਟ ਕਿਸੇ ਵੀ ਸੰਤ ਦੇ ਬਰਖਿਲਾਫ ਨਾ ਮਾਰੋ, ਗੁਰਬਾਣੀ ਪੜ੍ਹੋ, ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ। ਅਸੀਂ ਸੰਤ ਜਨ ਸਾਰੇ ਦਾ ਸਾਰਾ ਹੀ, ਅਸੀਂ ਗੁਰੂ ਜੀ ਦੀ ਗੱਲ ਕਰ ਰਹੇ ਹਾਂ, ਅਸੀਂ ਇਕੱਲੇ ਨਹੀਂ, ਸਾਰੀ ਦੁਨੀਆ ਕਰ ਰਹੀ ਹੈ। ਸ਼੍ਰੀ ਗੁਰਦਾਸ ਸਾਹਿਬ ਸੰਪਦਾ ਸੁਸਾਇਟੀ ਨੇ ਜਿੱਟ ਪੰਜਾਬ ਦਾ ਚੇਅਰਮੈਨ ਦੇ ਹੁਣ ਨਾਤੇ ਸੰਗਤਾਂ ਦੀ ਬੇਨਤੀ ਕਰਦਾ ਆ ਰਿਹਾ, ਸਾਡੇ ਪ੍ਰਧਾਨ ਸਾਹਿਬ ਜੀ ਕੁਲਵੰਤ ਰਾਮ ਭਰੋਮਜਰ ਹੈ, ਸਾਡੇ ਸੈਕਟਰੀ ਜੋ ਕਿ ਨਿਰਮਲ ਸਿੰਘ ਜੀ ਆਵਾਦਾਨ ਸੈਕਟਰੀ ਹੈ, ਨਿਰਮਲ ਸਿੰਘ ਜੀ ਸਕੱਤਰ ਸਾਹਿਬ ਹੈ, ਸਾਡੇ ਖਜ਼ਾਨਚੀ ਹੈ, ਔਰ ਸਾਰਾ ਸੰਤ ਸਮਾਜ ਜਿੰਨਾ ਵੀ ਹੈ ਜਾਂ ਹੋਰ ਸੰਤ ਸਮਾਜ ਹੈ, ਅਸੀਂ ਗੁਰੂ ਦੀ ਗੱਲ ਕਰਦੇ ਹਾਂ। ਮੈਂ ਉਹਨਾਂ ਲੋਕਾਂ ਨੂੰ ਫਿਰ ਇਹ ਕਹਿਣਾ ਚਾਹੁੰਦਾ, ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ, ਜਿੰਨੇ ਵੀ ਸਾਰੇ ਖੜ੍ਹੇ ਉਹ ਸਾਡੇ ਆਪਣੇ ਹੈ, ਸਾਰਿਆਂ ਨੇ ਸਾਡੇ ਗੁਰੂ ਘਰ 'ਤੇ ਆਉਣਾ ਜਾਣਾ ਹੁੰਦਾ ਹੈ, ਅਸੀਂ ਸਾਰਿਆਂ ਨੂੰ ਆਸ਼ੀਰਵਾਦ ਵੀ ਦੇਣੀ ਹੈ, ਸੰਤ ਦੁਸ਼ਮਣ ਨਹੀਂ ਹੁੰਦੇ ਕਿਸੇ ਦੇ ਵੀ। ਬਾਕੀ ਇਹ ਲੀਡਰਸ਼ਿਪ ਜਿਹੜੀ ਤੁਹਾਡੀ ਆਪਣੀ ਹੈ, ਸਾਡੇ 'ਤੇ ਕਿਰਪਾ ਕਰੋ, ਸੰਤਾਂ ਨੂੰ ਕਿਸੇ ਪਾਰਟੀ ਨਾਲ ਨਾ ਜੋੜੋ। ਉਹਨਾਂ ਨੂੰ ਫਿਰ ਮੈਂ ਬੇਨਤੀ ਕਰਨੀ ਤਾੜਨਾ ਚਾਹੁੰਦਾ, ਆਪਣੇ ਕੰਮ ਚੰਗੇ ਚੰਗੇ ਕਰੋ, ਇਹ ਨਾ ਫੇਸਬੁੱਕ ਦੇਖ ਲਈ ਅਤੇ ਚੱਕ ਕੇ ਕਮੈਂਟ ਮਾਰ ਦਿੱਤਾ, ਫਲਾਨੇ ਨੂੰ ਕੌਣ ਮਿਲਿਆ, ਧਮਕੀ ਨੂੰ ਕੌਣ ਮਿਲਿਆ, ਇੰਨਾ ਕੁਛ ਬੋਲਦੇ ਹੋਏ। ਔਰ ਗੁਰੂ ਜੀ ਦੀ ਯਾਦ ਵਿੱਚ ਤੜਫ ਕਰੋ, ਜੋ ਕਿ 13 ਤਰੀਕ ਸਾਨੂੰ ਗੌਰਮੈਂਟ ਨੇ ਦਿੱਤੀ ਹੈ, ਉਹਦੀ ਆਪਾਂ ਵੇਟ ਕਰੀਏ। ਜਾ ਕਰਦੇ ਧੰਨ ਕਰਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।